ਇਹ ਸਾਨੂੰ ਇਤਲਾਹ ਮਿਲੀ ਸੀ ਕਿ ਬੱਦੜੀ ਕਲਾਂ ਵਿੱਚ ਕੁਲਵਿੰਦਰ ਸਿੰਘ ਕਬੱਡੀ ਖਿਲਾੜੀ ਆ, ਇਹਦੀ ਮਾਤਾ ਸ਼ੱਕੀ ਹਾਲਤ ਦੇ ਵਿੱਚ ਜ਼ਖਮੀ ਹੋਈ ਹੈ। ਅਸੀਂ ਮੌਕੇ 'ਤੇ ਪਹੁੰਚ ਕੇ ਅਸੀਂ ਇਹਦੀ ਡੂੰਘਾਈ ਦੇ ਨਾਲ ਪੜਤਾਲ ਕਰ। ਸਰ ਕੀ ਸਾਹਮਣੇ ਕੀ ਆ ਰਿਹਾ, ਕੀ ਲੱਗ ਰਿਹਾ ਅੱਜ? ਇਹ ਅਸੀਂ ਆਲੇ ਦੁਆਲੇ ਸੀਸੀ ਫੁਟੇਜ ਅਤੇ ਹੋਰ ਆਲੇ ਦੁਆਲੇ ਜਿਹੜੇ ਕੋਈ ਚਸਮ ਜੀ ਗਵਾਹ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ, ਅਤੇ ਮੈਨੂੰ ਉਮੀਦ ਆ ਵੀ ਇਹ ਬਹੁਤ ਛੇਤੀ ਤੋਂ ਛੇਤੀ ਇਹ ਜਿਹੜਾ ਮਾਮਲਾ ਹੱਲ ਕੀਤਾ ਜਾਊ। ਕਿੰਨੇ ਜਣੇ ਜ਼ਖਮੀ ਹੋਏ ਸਰ? ਇਹ ਇਕੱਲੀ ਇਹਦੀ ਇੱਕੋ ਹੀ ਮਾਤਾ ਜ਼ਖਮੀ। ਕੀ ਹਾਲਾਤ ਕੀ ਨੇ ਉਹਨਾਂ ਦੇ? ਉਹ ਹੁਣ ਤਾਂ ਸਟੇਬਲ ਆ, ਉਹ ਦਾਖਲ ਆ ਅਤੇ ਸਟੇਬਲ ਆ, ਅਤੇ ਉਹਨਾਂ 'ਤੇ ਕੋਈ ਸ਼ਾਰਪ ਵੈਪਨ ਦੇ ਹੀ ਉਹਨਾਂ ਦੇ ਨਿਸ਼ਾਨ ਆ, ਕੋਈ ਫਾਇਰ ਇੰਜਰੀ ਦਾ ਕੋਈ ਨਿਸ਼ਾਨ ਨਹੀਂ। ਕੀ ਸਰ ਹਜੇ ਤੱਕ ਸਾਹਮਣੇ ਕੀ ਆਇਆ, ਕੋਈ ਲੋਕ ਕਰੇ ਆਏ ਸੀ ਕੋਈ? ਇਹ ਅਜੇ ਸਾਡੀ ਪੜਤਾਲ ਦਾ ਹਿੱਸਾ, ਅਤੇ ਛੇਤੀ ਹੀ ਤੁਹਾਨੂੰ ਇਹਦੇ ਬਾਰੇ ਸਾਰੇ ਸਹੀ ਤੱਥ ਸਾਹਮਣੇ ਲਿਆ ਕੇ ਤੁਹਾਨੂੰ ਦੱਸਿਆ ਜਾਵੇ। ਸਰ ਮਾਤਾ ਦੇ ਮੁੰਡੇ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ? ਉਹ ਸਾਡੀ ਜਿਹੜੀ ਤਫਤੀਸ਼ ਆ, ਤਫਤੀਸ਼ ਦੇ ਵਿੱਚ ਜਿਹਨੂੰ ਜਿਹਨੂੰ ਵੀ ਸਾਨੂੰ ਪੁੱਛਗਿੱਛ ਕਰਨ ਦੀ ਲੋੜ ਪਈ, ਅਸੀਂ ਉਹ ਤੋਂ ਪੁੱਛਗਿੱਛ ਕਰ। ਸਰ ਇੱਕ ਕਬੱਡੀ ਖਿਡਾਰੀ ਵੱਲੋਂ ਇੱਕ ਵੀਡੀਓ ਵੀ ਵਾਇਰਲ ਕੀਤੀ ਜਾ ਰਹੀ, ਜਿਹਦੇ ਵਿੱਚ ਕੁਝ ਹੋਰ ਖਿਡਾਰੀਆਂ ਦਾ ਜਿਹੜਾ ਨਾਮ ਲਿਆ ਜਾ ਰਿਹਾ ਕਿ ਖਿਡਾਰੀਆਂ ਨੂੰ ਜਿਹੜੇ ਮੇਰੀ ਖੇਡ ਪਸੰਦ ਨਹੀਂ ਸੀ, ਉਹਦੀ ਵੀ ਅਸੀਂ ਡੂੰਘਾਈ ਦੇ ਨਾਲ ਪੜਤਾਲ ਕਰ ਰਹੇ ਹਾਂ। ਸਰ ਪਰਿਵਾਰ ਕਿੱਥੇ ਹੁਣ ਸਾਰਾ, ਘਰ 'ਚ ਕੋਈ ਹੈ ਨਹੀਂ? ਸਾਰਾ ਇਹਨਾਂ ਦੇ ਘਰ ਦੇ ਵਿੱਚ ਇੱਕ ਇਹਦਾ ਪਿਤਾ ਅਤੇ ਮਾਤਾ, ਅਤੇ ਕਬੱਡੀ ਖਿਡਾਰੀ ਇਹਦਾ ਪਹਿਲਾਂ ਕਿਸੇ ਕਾਰਨ ਕਰਕੇ ਡਿਵੋਰਸ ਹੋ ਗਿਆ ਸੀ, ਤਿੰਨ ਜਾਣੇ ਹੀ ਆ ਇਹ ਪਰਿਵਾਰ ਦੇ ਵਿੱਚ। ਮੁੰਡਾ ਨਸ਼ੇ ਦਾ ਵੀ ਆਦੀ ਹੈ ਜੀ? ਕੋਈ ਇਸ 'ਤੇ ਨਹੀਂ ਕੁਛ ਵੀ ਕਿਹਾ ਜਾ ਸਕਦਾ।